ਲਾਲ ਸਿੰਘ ਕਲਸੀ ਦੀ ਕਹਾਣੀ ਗੁਲਬਦਨ ਜਿਉਂ ਹੀ ਅਸੀਂ ਤਿੰਨ ਸਰਦਾਰ ਬਰਾੜ ਸਿੱਧੂ ਤੇ ਮੈਂ ਉਹਦੇ ਘਰ ਅੱਗੋਂ ਦੀ ਲੰਘਣ ਵੇਲੇ ਉਹਦੇ ਨਜ਼ਦੀਕ ਪਹੁੰਚੇ ਉਹਨੇ ਲੰਬਾ ਸਾਹ ਖਿੱਚਦੇ ਆ ਬੜੀ ਉੱਚੀ ਆਵਾਜ਼ 'ਚ ਯਾ ਅੱਲਾ ਕਹਿੰਦੇ ਆ ਬੂਹੇ ਦਾ ਪਰਦਾ ਇੱਕੋ ਝਟਕੇ ਨਾਲ ਇੱਕ ਪਾਸੇ ਹਟਾ ਦਿੱਤਾ ਬੇਸ਼ੱਕ ਅਸੀਂ ਵੀ ਬੇਖਬਰ ਨਹੀਂ ਸੀ ਲੰਘ ਰਹੇ ਪਰ ਇਹ ਸੌਰਤ ਦੇ ਬੜਾ ਲੰਮਾ ਸਾਹ ਖਿੱਚ ਕੇ ਯਾ ਅੱਲਾ ਕਹਿਣ ਤੇ ਸਾਡੀ ਤਵੱਜੋ ਇੱਕਦਮ ਉਸ ਵੱਲ ਹੋ ਗਈ ਸਾਡੇ ਪੈਰ ਇੱਕਦਮ ਉੱਥੇ ਰੁਕ ਗਏ ਜਿਉਂ ਹੀ ਸਾਡੀ ਨਜ਼ਰ ਉਸਔਰਤ ਤੇ ਪਈ ਤਾਂ ਅਸੀਂ ਵੇਖਦੇ ਹੀ ਜਿਵੇਂ ਪੱਥਰ ਬਣ ਗਏ ਹੋਈਏ ਸਾਡੇ ਪੈਰ ਜਿਵੇਂ ਧਰਤੀ 'ਚ ਗੱਡੇ ਗਏ ਹੋਣ ਸਾਡੇ ਤਿੰਨਾਂ ਵੱਲੋਂ ਇੱਕਦਮ ਮੂੰਹੋਂ ਸਲਾਮ ਵਾਲੇਕਮ ਨਿਕਲਿਆ ਉਹਨੇ ਵੀ ਸਲਾਮ ਦਾ ਜਵਾਬ ਵਾਲੇਕਮ ਸਲਾਮ ਕੇ ਦਿੰਦਿਆਂ ਦੋਵੇਂ ਹੱਥਾਂ ਨਾਲ ਅੰਦਰ ਆਉਣ ਦਾ ਇਸ਼ਾਰਾ ਕਰਦਿਆਂ ਬਿਰਫ ਮਾਂ ਕਿਹਾ ਅਸੀਂ ਉੱਥੇ ਖੜੇ ਸਿਰਜਣ ਹਾਰ ਵੱਲੋਂ ਬਣਾਈ ਹੋਈ ਸ਼ਾਹਕਾਰ ਮੂਰਤ ਨੂੰ ਵੇਖ ਕੇ 당 ਹੀ ਰਹਿ ਗਏ ਉdੀਆਂ ਬਲੌਰੀ ਅੱਖਾਂ ਪਪੀਤੀਆਂ ਵਰਗੇ ਬੁੱਲ ਨੁਕੀਲਾ ਨੱਕ ਤੇ ਸੇਬ ਵਾਂਗ ਦਗਦਾ ਸੁਰਖ ਚਿਹਰਾ ਆਸਣ ਤੋਂ ਹੀਠਾਂ ਤੱਕ ਲੰਮੇ ਤੇ ਭੂਰੇ ਸਿਰ ਦੇ ਵਾਲ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲਾ ਉਭਾਰ ਸੂਤਵਾਂ ਲੱਕ ਸਰੂ ਵਰਗਾ ਕਦ ਤੇ ਸੁਰਾਈ ਵਰਗੀ ਗਰਦਨ ਉੱਪਰ ਫੱਬਦੀ ਦੋਰੀ ਤੀਰੀ ਚਿੱਟੇ ਮੋਤੀਆਂ ਦੀ ਮਾਲਾ ਉਹਦੇ ਗਾਜਰੀ ਰੰਗ ਦੇ ਪਾਏ ਲਹਿੰਗੇ ਦੇ ਰੰਗ ਨਾਲ ਮਿਲਦੀ ਹੋਈ ਪਜਾਮੀ ਉਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਉਹਦੀ ਫੱਬਤ ਨੂੰ ਹੋਰ ਵੀ ਕਈ ਗੁਣਾ ਵਧਾ ਰਹੀ ਸੀ ਹਾਲਾਂਕਿ ਉਹਨੇ ਚਿਹਰੇ ਉੱਪਰ ਕੋਈ ਵੀ ਮੇਕਅਪ ਨਹੀਂ ਸੀ ਕੀਤਾ ਹੋਇਆ ਸਿਵਾਏ ਹੱਥਾਂ ਤੇ ਪੈਰਾਂ ਨੂੰ ਮਹਿੰਦੀ ਲਾਉਣ ਤੋਂ ਇੱਕ ਚੱਕਲਾ ਤੇ ਆਸ਼ੀ ਦਾ ਅੱਡਾ ਸੀ ਜਿੰਨਾ ਸੋਹਣਾ ਤੇ ਸਜਿਆ ਹੋਇਆ ਸੀ ਰਾਜ ਸ਼ਹਿਰ ਸੀ ਉਹਦੇ ਉਲਟ ਉਨੀ ਗੰਦੀ ਇਸ ਬਸਤੀ ਦੀ ਆਬਾਦੀ ਸੀ ਪਰ ਸ਼ਹਿਰ ਦੀ ਸੁੰਦਰਤਾ ਤੋਂ ਕਿਤੇ ਵੱਧ ਸੁਹਾਵਣਾ ਇਸ ਗੰਦੀ ਬਸਤੀ 'ਚ ਕੈਦ ਹੋਇਆ ਨਰਕ ਭੋਗ ਰਿਹਾ ਸੀ ਉਸ औरत ਨੂੰ ਵੇਖਦੇ ਆਂ ਤੇ ਉਹਦੇ ਬਿਰਫਮਾ ਬਿਰਫਮਾ ਮਤਲਬ ਜੀ ਆਇਆਂ ਕਹਿੰਦੇ ਅਸੀਂ ਆਪਣੇ ਆਪ ਨੂੰ ਅੰਦਰ ਜਾਣ ਤੋਂ ਰੋਕ ਨਾ ਸਕੇ ਜਿਉਂ ਹੀ ਅਸੀਂ ਅੰਦਰ ਜਾਣ ਨੂੰ ਆਹਲੇ ਉਹਦੇ ਬੂਹੇ ਦੇ ਬਿਲਕੁਲ ਸਾਹਮਣੇ ਬੈਠਾ ਪਹਿਲਵਾਨ ਵਰਗਾ ਪਹਿਰੇਦਾਰ ਖੜਾ ਫਕਤ 와ਹਦ ਨਫਰ ਦਾਖਲ ਸਿਰਫ ਇੱਕ ਆਦਮੀ ਅੰਦਰ ਜਾਓ ਉਹਨੇ ਕਿਹਾ ਸਾਡੇ ਤੋਂ ਪਿੱਛੇ ਖੜਾ ਸਾਡਾ ইরਾਨੀ ਗਾਈਡ ਇਹਨੇ ਨੂੰ ਅੱਗੇ ਆ ਗਿਆ ਜਿਹਨੂੰ ਅਸੀਂ ਆਪਣਾ ਮਕਸਦ ਦੱਸਿਆ ਕਿ ਅਸੀਂ ਕਿਸੇ ਕਿਸਮ ਦਾ ਗਲਤ ਜਾਂ ਬਦ اخلاق ਕੰਮ ਕਰਨ ਨਹੀਂ ਆਏ ਬਲਕਿ ਹੁਸੈਨ ਔਰਤ ਦੇ ਸਬਦ ਦੇ ਮੁਤਾਬਕ ਇਸ ਨਾਲ ਕੁਝ ਗੱਲਾਂ ਬਾਤਾਂ ਹੀ ਕਰਨੀਆਂ ਤੇ ਉਹ ਵੀ ਸਭ ਨੇ ਇਕੱਠੇ ਬੈਠ ਕੇ ਜਦ ਉਸ ਗਾਈਡ ਨੇ ਸੁਰਖਵਾਲੇ ਨੂੰ ਦੱਸਿਆ ਤਾਂ ਬਿਲਕੁਲ ਰਜ਼ਾਮੰਦ ਨਾ ਹੋਇਆ ਇਹ ਸਾਰੇ ਮਾਮਲੇ ਨੂੰ ਜਦ ਉਸ ਔਰਤ ਨੇ ਸੁਣਿਆ ਤਾਂ ਖੁਦ ਅੱਗੇ ਆਈ ਤੇ ਉਸ ਪਹਿਰੇਦਾਰ ਨੂੰ ਬਾਹਰ ਨੂੰ ਤੱਕ ਦੇ ਦੋਵੇਂ ਹੱਥਾਂ ਨਾਲ ਅੰਦਰ ਆਉਣ ਦਾ ਇਸ਼ਾਰਾ ਕਰਦਿਆਂ ਬਿਫਰਮਾ ਕਹਿੰਦੇ ਅੰਦਰ ਲੈ ਗਈ ਇਸ ਹੁਸਨਪਰੀ ਦਾ ਅਸਲੀ ਨਾਮ ਗੁਲਬਦਨ ਸੀ ਪਰ ਇਸ ਚਕਲੇ ਤੇ ਉਹਨੂੰ ਰਸ਼ਮੀ ਬੁਲਾਇਆ ਜਾਂਦਾ ਸੀ ਅੰਦਰ ਵੜਦਿਆਂ ਇੰਨਾ ਸਜਿਆ ਫੱਬਿਆ ਕਮਰਾ ਜਿਹਦੇ ਹੇਠਾਂ ਵਧੀਆ ਗਲੀਚੇ ਸੋਫਾ ਸੈੱਟ ਸ਼ਮਾਨਦਾਨ ਤੇ ਝਿਲਮਿਲ ਕਰਦੀਆਂ ਲਾਈਟਾਂ ਜੋ ਗੁਲਬਦਨ ਦੇ ਬਦਨ ਵਾਂਗ ਹੀ ਲਿਸ਼ਕਦਾ ਤੇ ਮਹਿਕਾਂ ਖਿਲਾਰ ਰਿਆ ਸੀ ਦੁਨੀਆਂ 'ਚ ਵਰਤੇ ਜਾਂਦੇ ਅਤਰ ਫਲੇਲ ਦਾ ਜੇਕਰ ਅੱਧਾ ਹਿੱਸਾ ਕਹਿ ਦਈਏ ਤਾਂ ਗਲਤ ਨਹੀਂ ਹੋਏਗਾ ਕਿ ਜਿੰਨਾ ਕੱਲੇ ਇਰਾਨ 'ਚ ਵਰਤਿਆ ਜਾਂਦਾ ਉਹ ਵੀ 50 ਤੋਂ 40 ਹਿੱਸੇ ਕੱਲੀਆਂ ਔਰਤਾਂ ਦੇ ਹਿੱਸੇ ਆਉਂਦੇ ਆ ਹਰੇਕ ਔਰਤ ਭਾਵੇਂ ਉਹ ਸਕੂਲ ਦੀ ਵਿਦਿਆਰਥਣ ਹੈ ਭਾਵੇਂ ਕਾਲਜ ਯੂਨੀਵਰਸਿਟੀ ਦੀ ਤੇ ਭਾਵੇਂ ਉਹ ਦਫਤਰ 'ਚ ਕਿਸੇ ਨੌਕਰੀ ਪੇਸ਼ੇ ਵਾਲੀ ਹਰੇਕ ਦੇ ਪਰ ਸਵੇਚ ਖਾਣ ਲਈ ਖੁਸ਼ਕ ਮੇਵੇ ਤੇ ਵਧੀਆ ਕੁਆਲਿਟੀ ਦਾ ਮਹਿੰਗਾ ਸੈਂਟ ਜ਼ਰੂਰ ਹੋਏਗਾ ਬਹੁਤੀਆਂ ਔਰਤਾਂ ਦੀ ਗੱਲ ਦੀ ਗਾਨੀਚੀ ਵਧੀਆ ਡਿਜ਼ਾਈਨ ਦੀ ਸੁਰਾਹੀ ਵਰਗੀ ਸੈਂਟ ਦੀ ਸ਼ੀਸ਼ੀ ਪਾਈ ਦਿਸਦੀ ਸੀ ਜੋ ਹਰ ਸਮੇਂ ਮੈਕਾਂਖਲੇੜਦੀ ਰਹਿੰਦੀ ਸੀ ਮੈਕਾਂਖਲੇੜਨ ਵਾਲੀ ਕਜਈ ਹੀ ਸੈਂਟ ਦੀ ਸ਼ੀਸ਼ੀ ਗੁਲਬਦਨ ਦੇ ਗਲ ਵੀ ਪਾਈ ਹੋਈ ਸੀ ਉਨੇ ਬੜੇ ਸਲੀਕ ਕੇ ਨਾਲ ਸਾਨੂੰ ਬਿਠਾਇਆ అనేక ਤਰ੍ਹਾਂ ਦੇ ਖੁਸ਼ਕ ਮੇਵੇ ਤੇ ਫਲ ਸਾਡੇ ਸਾਹਮਣੇ ਰੱਖੇ ਆਪਣੇ ਪਹਿਰੇਦਾਰ ਨੂੰ ਉਹਨੇ ਚਾਰ ਸਪੈਸ਼ਲ ਕਾਫੀ ਲਿਆਉਣ ਦਾ ਆਰਡਰ ਦੇ ਕੇ ਸਾਡੇ ਕੋਲ ਆ ਕੇ ਬੈਠ ਗਈ ਈਰਾਨ 'ਚ ਰਹਿੰਦੇ ਅਸੀਂ ਉੱਚੀ ਚਾਹ ਮਹਿਸੂਸ ਕੀਤਾ ਕਿ ਈਰਾਨੀ ਲੋਕ ਮਹਿਮਾਨ ਨਿਵਾਜ਼ੀ 'ਚ ਸਾਡੇ ਲੋਕਾਂ ਤੋਂ ਕਿਤੇ ਅੱਗੇ ਖੈਰ ਅਸੀਂ ਉਸ ਸਾਹਮਣੇ ਬੈਠੀ ਅਪਸਰਾ ਵਰਗੀ ਗੁਣਬਧਨ ਨੂੰ ਪਹਿਲਾ ਸਵਾਲ ਇਹ ਹੀ ਕੀਤਾ ਕਿ ਉਹ ਅੰਗਰੇਜ਼ੀ ਬੋਲ ਤੇ ਸਮਝ ਸਕਦੀ ਹੈ ਉਸ ਅੱਖਾਂ 'ਚ ਅੰਜੂ ਭਰਦੇ ਅੰਗਰੇਜ਼ੀ 'ਚ ਦੱਸਿਆ ਕਿ ਮੇਰੀ ਅਸਲੀ ਦੁਸ਼ਮਣੀ ਅੰਗਰੇਜ਼ੀ ਜ਼ਬਾਨ ਬਣੀ ਜਿਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਸਾਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਾਥੋਂ ਦੀ ਦੁੱਖ ਦੀ ਰੱਗ ਤੇ ਹੱਥ ਰੱਖਿਆ ਹੋਵੇ ਸੌਰੀ ਮਾਫ ਕਰਨਾ ਕਹ ਅਸੀਂ ਉਹਨੂੰ ਪੁੱਛਿਆ ਕਿ ਸਾਨੂੰ ਵੇਖਦੇ ਆਂ ਲੰਬਾ ਸਾਹ ਖਿੱਚ ਕੇ ਜਾਂ ਯਾ ਅੱਲਾਹ ਕਹਿਣਾ ਤੇ ਅੰਦਰ ਆਉਣ ਦਾ ਸੱਦਾ ਦੇਣ ਪਿੱਛੇ ਕੀ ਰਾਜ਼ ਹੈ ਉਹਨੇ ਉੱਠ ਕੇ ਬੂਹਾ ਅੱਗੇ ਅਧ ਪਛਦਾ ਪਰਦਾ ਪਾਸੇ ਕਰਕੇ ਫਿਰ ਸਾਡੇ ਸਾਹਮਣੇ ਆ ਬੈਠੀ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਉਹਨੇ ਬੜੀ ਮੁਸ਼ਕਲ ਨਾਲ ਅਸੀਂ ਉਹਨੂੰ ਬੜੀ ਮੁਸ਼ਕਲ ਨਾਲ ਅਸੀਂ ਤਿੰਨਾਂੇ ਵਾਰੀ-ਵਾਰੀ ਸਹਲਾਇਆ ਪੁੱਛਕਾਰ ਕੇ ਸਹਿਜ ਭਾਵ ਚ ਕੀਤਾ ਇੱਕ ਲੰਬਾ ਖੋਕਾ ਭਰ ਕੇ ਉਹਨੇ ਕਹਿਣਾ ਸ਼ੁਰੂ ਕੀਤਾ ਅੱਜ ਤੋਂ ਕਰੀਬ 10 ਸਾਲ ਪਹਿਲਾਂ ਮੈਂ ਤਬਰੀਜ਼ ਸ਼ਹਿਰ ਦੀ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਜਿੱਥੇ ਪਹਿਲੇ ਸਾਲ ਕਾਮਰਸ ਵਿਸ਼ੇ ਦੀ ਡਿਗਰੀ ਚ ਦਾਖਲਾ ਲਿਆ ਮੈਂ ਆਪਣੇ ਜਮਾਤੀਆਂ ਵਿੱਚ ਸਭ ਤੋਂ ਵੱਧ ਹੁਸ਼ਿਆਰ ਤੇ ਖੂਸੇਨ ਲੜਕੀ ਸੀ ਇਸ ਯੂਨੀਵਰਸਿਟੀ ਚ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪੜਦੇ ਸੀ ਜੋ ਅਕਸਰ ਇਸਲਾਮਿਕ ਸਿੱਖਿਆ ਲੈਣ ਲਈ ਆਉਂਦੇ ਸਨ ਕੁਝ ਕੁ ਸੱਭਿਆਤਾ ਤੇ ਸਭਿਆਚਾਰ ਖੋਜ ਲਈ ਵੀ ਇੰਗਲੈਂਡ ਫਰਾਂਸ ਜਪਾਨ ਹਾਲੈਂਡ ਆਦਤੋਂ ਵਿਦਿਆਰਥੀ ਆਉਂਦੇ ਮੈਨੂੰ ਗਾਉਣ ਤੇ ਡਾਂਸ ਦਾ ਵੀ ਬੜਾ ਸ਼ੌਕ ਸੀ ਮੈਂ ਪਹਿਲੇ ਸਾਲ ਯੂਨੀਵਰਸਿਟੀ ਦੇ ਫੰਕਸ਼ਨਾਂ ਚ ਆਬਲ ਰਹੀ ਕਿ ਕਈ ਨਾਮ ਜਿੱਤੇ ਜਿਸ ਕਰਕੇ ਸਾਰੀ ਯੂਨੀਵਰਸਿਟੀ ਚ ਮੈਂ ਹਰੇਕ ਪੱਖੋਂ ਖਿੱਚ ਦਾ ਕਾਰਨ ਬਣ ਗਈ ਯੂਨੀਵਰਸਿਟੀ ਚ ਸੀਨੀਅਰ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਵਾਸਤੇ ਕਨਵੋਕੇਸ਼ਨ ਦੀ ਤਾਰੀਖ ਨਿਯਤ ਹੋ ਗਈ ਸਾਨੂੰ ਅਲੱਗ-ਅਲੱਗ ਪ੍ਰੋਗਰਾਮ ਤੇ ਆਈਟਮਾਂ ਪਰਫਾਰਮ ਕਰਨ ਲਈ ਦੇ ਦਿੱਤੀਆਂ ਗਈਆਂ। ਮੈਨੂੰ ਵੈਸਟਰਨ ਡਾਂਸ ਦੀਆਂ ਆਈਟਮਾਂ ਮਿਲੀਆਂ। ਇੱਕ ਇਕੱਲਿਆਂ ਤੇ ਇੱਕ ਇੰਗਲਿਸ਼ ਬੁਆਏ ਨਾਲ ਇਕੱਠਿਆਂ ਪਰਫਾਰਮ ਕਰਨੀ ਸੀ। ਹੌਸਟਲ ਰਹਿਣ ਕਰਕੇ ਅਸੀਂ देर ਰਾਤ ਤੱਕ ਆਪਣੀ ਤਿਆਰੀ 'ਚ ਲੱਗੇ ਰਹਿੰਦੇ ਸੀ ਕਿਉਂਕਿ ਵਾਈਸ ਚਾਂਸਲਰ ਤੇ ਸਾਡੇ ਪ੍ਰਮੋਟਰ ਨੇ ਕਿਸੇ ਵੀ ਕਿਸਮ ਦੀ ਢਿੱਲ ਨਾ ਰੱਖਣ ਦੀ ਸਾਨੂੰ ਧਾੜਨਾ ਕੀਤੀ ਸੀ। ਸਾਡੀ ਦੋ ਜਣਿਆਂ ਦੀ ਵੈਸਟਰਨ ਡਾਂਸ ਦੀ ਆਈਟਮ ਵਿੱਚ ਮੇਰਾ ਪਾਰਟਨਰ ਹਾਲੈਂਡ ਨਿਵਾਸੀ ਡੱਚ ਗੋਰਾ ਸੀ। ਮਿਸਟਰ ਬਾਬ ਜੋ ਸਭਿਆਚਾਰਕ ਵਿਸ਼ੇ ਦੀ ਖੋਜ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ ਮਹੀਨੇ ਭਰ ਦੀ ਫੰਕਸ਼ਨ ਆਈਟਮਾਂ ਦੀ ਤਿਆਰੀ ਕਰਦੇ ਹਾਂ ਸਾਡੀ ਆਪਸ ਚ ਕਾਫੀ ਨੇੜਤਾ ਹੋ ਗਈ ਉਹਨੇ ਆਪਣੇ ਖੁੱਲੇ ਡੁੱਲੇ ਸਭਿਆਚਾਰ ਦੀਆਂ ਕਈ ਕਿਤਾਬਾਂ ਮੈਨੂੰ ਪੜਾਈਆਂ ਜਿਸ ਕਰਕੇ ਮੈਂ ਇਸ ਮੇਲ ਮਿਲਾਪ ਤੇ ਖੁੱਲ ਕੇ ਵਿਚਰਨ ਨੂੰ ਸਮਾਜਿਕ ਸਭਿਆਚਾਰ ਦਾ ਇੱਕ ਹਿੱਸਾ ਮੰਨਦੇ ਹਾਂ ਵਿਚਰਦੀ ਰਹੀ ਇੱਕ ਰਾਤ ਜਦ ਅਸੀਂ ਆਈਟਮ ਦੀ ਪ੍ਰੈਕਟਿਸ ਕਰਦੇ ਹਾਂ ਬਹੁਤ ਥੱਕ ਗਏ ਉਹ ਮੈਨੂੰ ਬਿਠਾ ਕੇ ਕੈਂਟੀਨ ਚੋਂ ਕਾਫੀ ਲੈਣ ਚਲਾ ਗਿਆ ਅਸੀਂ ਦੋਵਾਂ ਨੇ ਕਾफी ਕੀਤੀ ਫਿਰ ਪ੍ਰੈਕਟਿਸ ਸ਼ੁਰੂ ਕੀਤੀ ਪਰ ਮੇਰੇ ਪੈਰ ਡਗ ਮਗਾਉਣ ਲੱਗ ਪਏ ਤੇ ਮੈਂ ਡਿੱਗ ਪਈ ਮੈਨੂੰ ਚੁੱਕ ਕੇ ਰਿਟਾਇਰਿੰਗ ਰੂਮ ਚ ਲੈ ਗਿਆ ਮੈਨੂੰ ਸਿਰਫ ਉਸ ਵੇਲੇ ਪਤਾ ਲੱਗਾ ਜਦੋਂ ਸਵੇਰ ਦੇ 4 ਵਜੇ ਉਹਨੇ ਮੇਰੇ ਮੂੰਹ ਤੇ ਠੰਡਾ ਪਾਣੀ ਪਾ ਕੇ ਜਗਾਇਆ ਮੇਰਾ ਸਰੀਰ ਥੱਕ ਕੇ ਚੂਰ-ਚੂਰ ਹੋ ਚੁੱਕਾ ਸੀ ਉਹ ਸਹਾਰਾ ਦੇ ਕੇ ਮੈਨੂੰ ਮੇਰੇ ਕਮਰੇ ਤੱਕ ਛੱਡ ਗਿਆ ਉਪਰੰਤ ਮੈਨੂੰ ਪੂਰੀ ਹੋਸ਼ ਆਉਣ ਤੇ ਪਤਾ ਲੱਗਾ ਕਿ ਮੇਰੇ ਨਾਲ ਉਹ ਸਭ ਕੁਝ ਹੋ ਚੁੱਕਾ ਸੀ ਜੋ ਮੇਰੇ ਮਜ਼ਬਬ ਸਮਾਜ ਤੇ ਦੇਸ਼ ਵਿੱਚ ਵਿਵਰਜਿਤ ਹੈ ਉਹ ਠੀਕ ਹੋਣ ਉਪਰੰਤ ਉਹਨੂੰ ਮੈਂ ਇਸ ਬਾਰੇ ਤੇ ਵਿਸ਼ਵਾਸ ਘਾਤ ਬਾਰੇ ਵੀਸੀ ਨੂੰ ਰਿਪੋਰਟ ਕਰਨ ਦੀ ਚੇਤਾਵਨੀ ਦਿੱਤੀ ਉਲਟਾ ਉਹਨੇ ਮੈਨੂੰ ਇਸ ਗੱਲ ਤੋਂ ਖਬਰਦਾਰ ਕਰਦਿਆਂ ਕਿਹਾ ਕਿ ਤੇਰੀ ਇਸ ਗਲਤੀ ਨਾਲ ਬੇਸ਼ੱਕ ਮੈਨੂੰ ਯੂਨੀਵਰਸਿਟੀ ਚੋਂ ਕੱਢਿਆ ਜਾ ਸਕਦਾ ਹੈ ਪਰ ਤੇਰੇ ਸਭਿਆਚਾਰ ਤੇ ਸਮਾਜਿਕ ਰੀਤੀ ਮੁਤਾਬਕ ਤੈਨੂੰ ਯੂਨੀਵਰਸਿਟੀ ਤਾਂ ਕੀ ਘਰ ਤੋਂ ਵੀ ਕੱਢਿਆ ਜਾਏਗਾ ਮੈਂ ਬੁਰੀ ਤਰ੍ਹਾਂ ਉਹਦੇ ਚੁੰਗਲ 'ਚ ਫਸ ਚੁੱਕੀ ਸੀ ਇੱਥੋਂ ਤੱਕ ਕਿ ਉਹਦੇ ਰਹਿਮ ਤੇ ਜਿਉਣ ਲੱਗੀ ਕਿ ਮਤਕ ਇਹ ਕਿਦਰੇ ਮੇਰੇ ਬਾਰੇ ਕੋਈ ਨਿੱਕੀ ਜਿਹੀ ਗੱਲ ਜਾਂ ਮੇਰੇ ਘਰ ਨਾ ਪੁੱਛਾ ਦੇਵੇ ਮੇਰੀ ਮਿੰਨਤ ਤਰਲਾ ਤਰਲਾ ਕਰਨ ਤੇ ਉਹਨੇ ਮੈਨੂੰ ਇਹ ਭਰੋਸਾ ਜ਼ਰੂਰ ਦਿੱਤਾ ਕਿ ਉਹ ਮੇਰੇ ਨਾਲ ਸ਼ਾਦੀ ਕਰ ਲਏਗਾ ਪਰ ਪੜ੍ਹਾਈ ਪੂਰੀ ਹੋਣ ਉਪਰੰਤ ਹੁਣ ਤਾਂ ਜਿਵੇਂ ਉਹਨੂੰ ਮੇਰੀ ਸਹਿਮਤੀ ਦਾ ਸਰਟੀਫਿਕੇਟ ਮਿਲ ਗਿਆ ਹੋਵੇ ਉਹ ਮੇਰੇ ਨਾਲ ਹਰੇਕ ਜਾਇਜ਼ ਨਜਾਇਜ਼ ਕਰਦਾ ਰਿਹਾ ਮੈਂ पिਂਜਰੇ ਪਈ ਬੁਲਬੁਲ ਵਾਂਗ ਫਟਕਣ ਤੋਂ ਸਿਵਾਏ ਕੁਝ ਵੀ ਨਹੀਂ ਸੀ ਕਰ ਸਕਦੀ ਸ਼ਾਦੀ ਤੋਂ ਪਹਿਲਾਂ ਕਿਸੇ ਵੀ ਲੜਕੀ ਦਾ ਦਾਗੀ ਹੋ ਜਾਣਾ ਸਾਡੇ ਇਸਲਾਮਿਕ ਧਰਮ ਮੁਤਾਬਕ ਆਪਣੇ ਗਲ ਆਪ ਫਾਂਸੀ ਦਾ ਫੰਦਾ ਪਾਉਣਾ ਆਪਣੇ ਆਪ ਨੂੰ ਜਹੰਨਮ ਚ ਸੁੱਟਣਾ ਮੇਰਾ ਡਾਂਸ ਗਾਉਣਾ ਹਰ ਸਮੇਂ ਚੈੱਕਣਾ ਹੱਸਣਾ ਖੇਡਣਾ ਸਭ ਖਤਮ ਹੋ ਗਿਆ ਮੈਂ ਜਿਵੇਂ ਕਿਵੇਂ ਆਪਣੀਆਂ ਕਲਾਸਾਂ ਲਾਉਂਦੀ ਉਸ ਦਿਨ ਨੂੰ ਉਡੀਕਦੀ ਜਿਸ ਦਿਨ ਮੇਰੀ ਤੇ ਬੌਬ ਦੀ ਪੜ੍ਹਾਈ ਪੂਰੀ ਹੋਵੇ ਤੇ ਅਸੀਂ ਵਿਆਹ ਦੇ ਬੰਧਨ ਚ ਬੱਜ ਕੇ ਹਾਲੈਂਡ ਜਾ ਕੇ ਆਨੰਦ ਮਾਣੀਏ ਬੇਸ਼ੱਕ ਬੌਬ ਮੈਨੂੰ ਉਦਾਸ ਵੇਖ ਕੇ ਪਰਚਾਉਣ ਦੀ ਬੜੀ ਕੋਸ਼ਿਸ਼ ਕਰਦਾ ਆਉਣ ਵਾਲੇ ਸੁਹਾਵਨੇ ਦਿਨਾਂ ਦੇ ਸੁਪਨੇ ਵਕਾਉਂਦਾ ਇਨੇ ਨੂੰ ਰਖਵਾਲਾ ਕਾਫੀ ਦੇ ਚਾਰ ਕੱਪ ਉਤੋਂ ਟਕੇ ਸਾਡੇ ਸਾਹਮਣੇ ਰੱਖ ਗਿਆ ਉਹ ਸਾਨੂੰ ਘਰ ਚ ਮਹਿਮਾਨਾਂ ਵਾਂਗ ਜੱਚੇ ਬੈਠੇ ਵੇਖ ਕੇ ਮੱਥੇ ਥਿਉੜੀਆਂ ਪਾ ਕੇ ਨੱਕ ਚੜਾਉਂਦਾ ਵਾਪਸ ਹੋ ਗਿਆ ਗੁਲਬਦਨ ਜੋ ਪੂਰੀ ਤਰ੍ਹਾਂ ਆਪਣੇ ਅਤੀਤ ਦੀ ਦੁੱਖਾਂ ਭਰੀ ਨਦੀ ਚ ਡਿੱਕੋ ਡੋਲੇ ਖਾਂਦੀ ਜੀਵਨ ਕਿਰਤੀ ਦੀ ਕਹਾਣੀ ਸੁਣਾ ਰਹੀ ਸੀ ਅਸੀਂ ਉਹਦੇ ਗਾਮ ਦੀਆਂ ਲਹਿਰਾਂ ਚ ਬਰਾਬਰ ਵਹਿ ਰਹੇ ਸਾਂ ਇੰਉ ਲੱਗਿਆ ਜਿਵੇਂ ਰਖਵਾਲੇ ਦੇ ਰੂਪ ਚ ਉਹੀ ਬੌਬ ਫਿਰ ਮਿਲਾਵਟ ਵਾਲੀ ਕਾਫੀ ਸਾਡੇ ਸਾਹਮਣੇ ਰੱਖਿਆ ਹੋਵੇ ਗੰਗਾਂ ਦੀਆਂ ਲਹਿਰਾਂ ਦੇ ਵਹਾਅ ਚ ਉੱਬਰਦੇ ਅੰਗੁਲਬਦਨ ਨੇ ਉੱਠ ਕੇ ਸਾਡੇ ਅੱਗੇ ਪਹਿਲਾਂ ਡ్రਾਈ ਫਰੂਟ ਦੀ ਟਰੇ ਕੀਤੀ ਜਿਸ ਚੋਂ ਉਹਦਾ ਦਿਲ ਰੱਖਣ ਲਈ ਦੋ ਤਿੰਨ ਵਾਰ ਨਾ ਕਰਨ ਤੇ ਇੱਕ ਨਗ ਚੁੱਕ ਕੇ ਮਾਮਨੂਮ ਸ਼ੁਕਰੀਆ ਕਹਿ ਦਿੱਤਾ ਕਾਫੀ ਵੱਲ ਵੇਖਣ ਨੂੰ ਸਾਡੀ ਰੂਹ ਨਹੀਂ ਸੀ ਕਰ ਰਹੀ ਪਰ ਦੁਖੀ ਆਤਮਾ ਨੇ ਫਿਰ ਉੱਠ ਕੇ ਸਾਡਾ ਕੱਲਿਆਂ ਕੱਲਿਆਂ ਦਾ ਹੱਥ ਫੜ ਕੇ ਸਾਨੂੰ ਕੱਪ ਫੜਾਏ ਬਿਨਾਂ ਕਿਸੇ ਝਿਜਕੋ ਨਹੀਂ ਕਿ ਇੱਕ ਘੁੱਟ ਹਰੇਕ ਦੇ ਕੱਪ ਚ ਹੋਇਆਂ ਪੀਤਾ ਜਿਵੇਂ ਅੰਮ੍ਰਿਤ ਮਈ ਸਵਾਂਤ ਬੂੰਦ ਪੀਰੀ ਹੋਵੇ ਫਿਰ ਕੀ ਹੋਇਆ ਗੁਲਬਦਨ ਸਾਡਾ ਉਹਨੂੰ ਇਉਂ ਹੋਰ ਸਵਾਲ ਪੁੱਛਣਾ ਜਿਵੇਂ ਉਹਦੇ ਜ਼ਖਮਾਂ ਉੱਪਰ ਲੂਣ ਛਿੜਕਣਾ ਸੀ ਉਸ ਲੰਬਾ ਹੋਕਾ ਲੈੰਦੇ ਆੱਖਾਂ 'ਚੋਂ ਅਥਰੂ ਵਗਾਉਂਦੇ ਆਂ ਕਿਆ ਉਹੀ ਹੋਇਆ ਮਿਸਟਰ ਸਿੰਘ ਜਿਹਦਾ ਮੈਨੂੰ ਡਰ ਸੀ ਬਾਬ ਮੇਰੇ ਤੋਂ 1 ਸਾਲ ਅਗਲੇਰੀ ਪੜਾਈ 'ਚ ਮੈਨੂੰ ਇਹ ਕਹਿ ਕੇ ਪੱਲਾ ਛੁਡਾ ਗਿਆ ਕਿ ਅਗਲੇ ਸਾਲ ਤੇਰੀ ਪੜ੍ਹਾਈ ਮੁਕੰਮਲ ਹੋ ਜਾਏਗੀ ਫਿਰ ਮੈਂ ਕਨਵੋਕੇਸ਼ਨ ਤੇ ਆ ਕੇ ਆਪਣੀ ਡਿਗਰੀ ਲੈ ਜਾਵਾਂਗਾ ਨਾਲ ਹੀ ਤੇਰੇ ਮਾਈਗ੍ਰੇਸ਼ਨ ਦੇ ਕਾਗਜ਼ ਬਣਵਾ ਲਿਆਵਾਂਗਾ ਤੇ ਸ਼ਾਦੀ ਕਰਕੇ ਚਲੇ ਚੱਲਾਂਗੇ ਇਸ ਪਰੋਸੇ ਮੈਂ ਜਾਣ ਵਾਲੇ ਵੇਲੇ ਉਹਨੂੰ ਅਨੇਕਾਂ ਸੁਗਾਤਾਂ ਵੀ ਦਿੱਤੀਆਂ 2-3 2 ਦਿਨ 3 ਰਾਤਾਂ ਹੋਟਲ 'ਚ ਵੀ ਗੁਜ਼ਾਰੀਆਂ ਕਹਿੰਦੇ ਆ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ ਮੇਰਾ ਭਰੋਸਾ ਤੇ ਸਬਰ ਫਿਰ ਵੀ ਬਰਕਰਾਰ ਰਿਹਾ ਮੈਂ ਉਸ ਨਾਲ ਟੈਲੀਫੋਨ ਤੇ ਗੱਲ ਅਕਸਰ ਹੀ ਕਰਦੀ ਮੇਰੇ ਤੇ ਮੁਸੀਬਤਾਂ ਦਾ ਪਹਾੜ ਉਹ ਦਟ ਟੁੱਟਿਆ ਜਦ ਬਾਬ ਦੇ ਜਾਣ ਸਮੇਂ ਹੋਟਲ 'ਚ ਬਤਾਏ ਦਿਨਾਂ ਦਾ ਨਤੀਜਾ ਸਾਹਮਣੇ ਆਇਆ ਮੈਨੂੰ ਹਮਲ ਠਹਿਰ ਚੁੱਕਿਆ ਸੀ ਮੈਂ ਬੱਚੇ ਦੀ ਮਾਂ ਬਣਨ ਵਾਲੀ ਸੀ ਮੈਂ ਬੌਬ ਨੂੰ ਫੋਨ ਕੀਤਾ ਵੀ ਆ ਕੇ ਨਿਕਾਹ ਕਰ ਲਵੇ ਉਹਨੇ ਮੈਂ ਕੁਝ ਨਹੀਂ ਕਰ ਸਕਦਾ ਕਿਹਾ ਕਿ ਫੋਨ ਬੰਦ ਕਰ ਦਿੱਤਾ ਉਹਦੇ ਸਬਰ ਦਾ ਜਿਵੇਂ ਬੰਨ ਟੁੱਟ ਗਿਆ ਸੀ ਉੱਚੀ ਉੱਚੀ ਭੂਬੀਂ ਰੋਣ ਲੱਗ ਪਈ ਅਸੀਂ ਅੰਦਰੇ ਅੰਦਰ ਡਰ ਗਏ ਮਤਾ ਕੋਈ ਮੁਸੀਬਤ ਗਲ ਪੈ ਜਾਏ ਰਖਵਾਲੇ ਨੂੰ ਪੂਰਾ ਪਰਦਾ ਪਾਸੇ ਕਰਕੇ ਅੰਦਰ ਛਾਤੀ ਮਾਰੀ ਅਸੀਂ ਸਾਰੇ ਜਿਵੇਂ ਤਿਵੇਂ ਬੈਠੇ ਸਾਂ ਅਸੀਂ ਉਹਨੂੰ ਤਰਵਾਸ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਪਰਚਾਇਆ ਪਲੋਸਿਆ ਉੱਠ ਕੇ ਵਾਰੀ-ਵਾਰੀ ਸਾਡੇ ਮੋਢੇ ਤੇ ਸਿਰ ਰੱਖ ਕੇ ਫੇਰ ਰੋਣ ਲੱਗ ਪਈ। ਬੜੀ ਕਸੂਤੀ ਸਥਿਤੀ ਬਣ ਗਈ ਸੀ। ਸਾਡਾ ਮਨ ਵੀ ਉਸ ਨਾਲ ਹਮਦਰਦੀ 'ਚ ਤਰਲ ਵਾਂਗ ਵਹਿ ਤੁਰਿਆ। ਸਾਡੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ। ਉਹਦਾ ਮੋਢਾ ਪਲੋਸਦੇ ਆਂ, ਉਹਦੀ ਤਵੱਜੋ ਬਦਲਣ ਲੱਗੀ। ਉਹਨੂੰ ਅਸੀਂ ਫੇਰ ਸਵਾਲ ਕੀਤਾ। ਸਾਨੂੰ ਵੇਖ ਕੇ ਲੰਬਾ ਹੋਕਾ ਖਿੱਚ ਕੇ ਤੂੰ ਗੁਲਬਦਨ ਯਾ ਅੱਲਾਹ ਕਿਉਂ ਕਿਹਾ ਸੀ? ਜਦ ਕਿ ਅਸੀਂ ਤਾਂ ਤੈਨੂੰ ਜਾਣਦੇ ਤੱਕ ਨਹੀਂ। ਹਾਂ। ਅੱਲਾਹ ਜ਼ਮਾਨ ਹੈ। ਤੁਸੀਂ ਯਕੀਨ ਕਰਿਓ। ਇਹ ਮੇਰੇ ਕਲੇਜਿਓਂ ਉੱਠੀ ਹੂਕ ਸੀ। ਬਾਬ ਦੇ ਨਾਂ ਕਰਨ ਤੇ ਮੈਂ ਜ਼ਹਿਰ ਖਾ ਲਈ ਸੀ। ਮੈਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਸੀ ਆਉਂਦਾ। ਇੱਕ ਇਹੀ ਰਸਤਾ ਸੀ ਆਪਣੇ ਆਪ ਨੂੰ ਛੁਟਕਾਰਾ ਪਾਉਣ ਦਾ। ਪਰ ਮੇਰੀ ਬਦਕਿਸਮਤੀ ਨੇ ਮੇਰਾ ਪਿੱਛਾ ਨਾ ਛੱਡਿਆ। ਮੈਨੂੰ ਹੌਸਟਲ ਚੋਂ ਚੁੱਕ ਕੇ ਤੈਬਰੀਜ਼ ਦੇ ਵੱਡੇ ਹਸਪਤਾਲ ਲੈ ਆਏ। ਜਿੱਥੇ ਮੈਨੂੰ ਇੱਕ ਸਰਦਾਰ ਜੀ ਡਾਕਟਰ ਨੇ ਇਲਾਜ ਕਰਕੇ ਬਚਾ ਲਿਆ। ਉਹ ਕਾਫੀ ਪੁਰਾਣੇ ਈਰਾਨ 'ਚ ਵਸਦੇ ਹੋਣ ਕਰਕੇ ਫਾਰਸੀ ਵੀ ਚੰਗੀ ਪੜ੍ਹ-ਬੋਲ ਤੇ ਸਮਝ ਸਕਦੇ ਸੀ। ਇੱਕ ਦਿਨ ਉਹਨਾਂ ਮੈਨੂੰ ਪਿਆਰ ਨਾਲ ਆਪਣੇ ਕਲਾਵੇ 'ਚ ਲੈ ਕੇ ਜ਼ਹਿਰ ਖਾਣ ਦਾ ਕਾਰਨ ਪੁੱਛਿਆ ਜੋ ਮੈਂ ਹਰਫ਼ ਬਾ ਹਰਫ਼ ਸਾਰਾ ਦੱਸ ਦਿੱਤਾ ਉਸ ਤੋਂ ਬਾਅਦ ਉਹਨਾਂ ਦੇ ਮਨ ਮੇਰੇ ਪ੍ਰਤੀ ਨਫ਼ਰਤ ਦੀ ਥਾਂ ਸਗੋਂ ਹਮਦਰਦੀ ਤੇ ਪਿਆਰ ਭਰ ਗਿਆ ਉਹ ਮੈਨੂੰ ਬੇਟੀ ਕਹਿ ਕੇ ਬੁਲਾਉਂਦੇ ਬਹੁਤ ਵਾਰ ਰਾਤ ਦੇ ਰਾਉਂਡ ਤੇ ਆਉਂਦੇ ਆ ਉਹ ਆਪਦੀ ਮੈਡਮ ਨੂੰ ਵੀ ਨਾਲ ਲੈ ਆਉਂਦੇ ਜੋ ਮੇਰੇ ਕੋਲ ਕਿੰਨੀ देर ਬੈਠ ਕੇ ਮੈਨੂੰ ਪਰਚਾਉਂਦੀ ਰਹਿੰਦੀ ਹੌਸਲਾ ਦਿੰਦੇ ਆ ਮੇਰੀ ਪਿੱਠ ਤੇ ਹੱਥ ਫੇਰਦੇ ਆ ਬੁੱਕਲ 'ਚ ਘੁੱਟ ਲੈਂਦੀ ਜਿਵੇਂ ਮੈਨੂੰ ਆਪਣੀ ਅੰਮੀ ਦੀ ਬੁੱਕਲ ਦਾ ਅਹਿਸਾਸ ਹੁੰਦਾ ਮੈਨੂੰ ਪਿੱਛੋਂ ਪਤਾ ਲੱਗਾ ਕਿ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਮੈਂ ਦਿਲੋਂ ਉਹਨਾਂ ਨੂੰ ਧਰਮ ਦੇ ਮਾਤਾ ਪਿਤਾ ਮੰਨ ਲਿਆ ਉਹਨਾਂ ਨੇ ਮੈਨੂੰ ਉਤੀ ਫਿਰ ਕੀ ਹੋਇਆ ਦੇ ਸਵਾਲ ਦੇ ਜਵਾਬ 'ਚ ਉਹ ਧੁਰ ਤੱਕ ਕੰਬ ਗਈ ਉਹਦਾ ਸਰੀਰ ਪਸੀਨੇ ਨਾਲ ਗੜੋਚ ਹੋ ਗਿਆ ਉਹ ਜਿਵੇਂ ਬੋਲ ਨਾ ਸਕਦੀ ਹੋਵੇ ਫਿਰ ਵੀ ਉਹਨੇ ਸਾਰੀ ਸ਼ਕਤੀ ਇਕੱਠੀ ਕਰਕੇ ਦੱਸਣਾ ਸ਼ੁਰੂ ਕੀਤਾ ਮੇਰਾ ਜਿਵੇਂ ਕਿਵੇਂ ਪੜਾਈ 'ਚ ਕੋਰਸ ਪੂਰਾ ਹੋ ਗਿਆ ਮੈਂ ਸੋਚਦੀ ਸੀ ਮੈਂ ਕਿਵੇਂ ਨਾ ਕਿਵੇਂ ਉੱਚ ਵਿਦਿਆ ਦੇ ਬਹਾਨੇ ਵਿਦੇਸ਼ ਜਾ ਕੇ ਹਰਾਮਜ਼ਾ ਦੇ ਬਾਬ ਨੂੰ ਜ਼ਰੂਰ ਢੂੰਡਾਂਗੀ ਜੇ ਉਹ ਸ਼ਾਦੀ ਨਹੀਂ ਵੀ ਕਰੇਗਾ ਤੇ ਉਹਨੂੰ ਸਜ਼ਾ ਜ਼ਰੂਰ ਦਿਵਾਵਾਂਗੀ। ਵਰਨਾ ਮੈਨੂੰ ਉੱਥੇ ਕਿਸੇ ਨਾਲ ਵੀ ਸ਼ਾਦੀ ਕਰਨ ਤੋਂ ਕੋਈ ਵੀ ਰੋਕ ਨਹੀਂ ਸਕੇਗਾ। ਪਰ ਹੋਇਆ ਬਿਲਕੁਲ ਇਹਦੇ ਉਲਟ। ਕਨਵੋਕੇਸ਼ਨ ਤੇ ਡਿਗਰੀ ਲੈਣ ਆਉਣ ਦੀ ਥਾਂ ਉਸ ਕੁੱਤੇ ਦੇ ਪੁੱਤਰ ਬੌਬ ਨੇ ਡਿਪਾਰਟਮੈਂਟ ਵਿੱਚ ਚਿੱਠੀ ਲਿਖ ਭੇਜੀ। ਇਹਦੇ ਨਾਲ ਹੀ ਉਹਨੇ ਸਾਡੇ ਡਿਪਾਰਟਮੈਂਟ ਦੇ ਹੈੱਡ ਨੂੰ ਤੇ ਸਾਡੀ ਯੂਨੀਵਰਸਿਟੀ ਦੀ ਮਸਜਿਦ ਦੇ ਕਾਜ਼ੀ ਨੂੰ ਮੇਰੇ ਬਾਰੇ ਸਭ ਕੁਝ ਲਿਖ ਭੇਜਿਆ। ਇਹਨਾਂ ਮੇਰੇ ਵਾਲਦ ਤੇ ਘਰ ਵਾਲਿਆਂ ਨੂੰ ਬੁਲਾ ਕੇ ਇਹਨਾਂ ਕੱਟੜ ਇਸਲਾਮੀਆਂ ਨੇ ਮੈਨੂੰ ਜਿਉਂਦੀ ਨੂੰ ਟੋਟੇ ਕਰਕੇ ਬੁਰਕੀਆਂ ਤੇ ਭੁੱਖੇ ਤੇ ਹੱਡੀ ਚੂਸਣ ਵਾਲੇ ਕੁੱਤਿਆਂ ਦੇ ਅੱਗੇ ਸੁੱਟ ਦਿੱਤਾ ਮੇਰੇ ਧਰਮ ਦੇ ਪਿਤਾ ਬਣੇ ਡਾਕਟਰ ਸਰਦਾਰ ਜੀ ਨੇ ਮੇਰੇ ਆਬਾ ਦੇ ਲਖਾੜੇ ਕੱਢੇ ਕਿ ਇਸ ਬੱਚੀ ਨੂੰ ਸਾਡੀ ਝੋਲੀ 'ਚ ਪਾ ਦਿਓ ਇਹ નિર્ਦੋਸ਼ ਮਾਸੂਮ ਲੜਕੀ ਹੈ ਇੱਥੋਂ ਤੱਕ ਕਿ ਬੇਸ਼ੱਕ ਉਹਨਾਂ ਮੇਰਾ ਹਮਲ ਗਰਾਇਆ ਸੀ ਪਰ ਉਹਨਾਂ ਡਾਕਟਰੀ ਰਿਪੋਰਟ 'ਚ ਕੁਝ ਵੀ ਨਹੀਂ ਸੀ ਲਿਖਿਆ ਤੁਹਾਨੂੰ ਤਿੰਨਾਂ ਨੂੰ ਵੇਖ ਕੇ ਮੈਨੂੰ ਇਹੋ ਲੱਗਿਆ ਕਿ ਜਿਵੇਂ ਮੇਰੇ ਧਰਮ ਪਿਤਾ ਡਾਕਟਰ ਨੇ ਮੈਨੂੰ ਵਰਨ ਵਾਸਤੇ ਆਪਣੇ ਬੇਟੇ ਭੇਜ ਦਿੱਤੇ ਹੋਣ ਕਿ ਮੈਂ ਠੀਕ ਕਹਨੀ ਆ ਮੈਂ ਠੀਕ ਕਹਨੀ ਆ ਤੁਸੀਂ ਮੈਨੂੰ ਲੈਣ ਆਏ ਹੋ ਵਿਆਹਣ ਆਏ ਹੋ ਨਾ ਯਾ ਅੱਲਾ ਯਾ ਅੱਲਾ ਮੇਰੀ ਮੁਰਾਦ ਪੂਰੀ ਕਰ ਦੇ ਯਾ ਅੱਲਾ ਕਹਿੰਦੇ ਆ ਉਹ ਗਸ਼ ਖਾ ਕੇ ਡਿੱਗ ਪਈ ਜਿਹਨੂੰ ਉਹਦੇ ਰਾਖੇ ਦੀ ਮਦਦ ਨਾਲ ਸੋਫੇ ਤੇ ਲਟਾਇਆ ਉਹਦੇ ਰਾਖੇ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਉਹਨੂੰ ਗਸ਼ ਪੈ ਜਾਂਦੀ ਹੈ ਪਾਣੀ ਵਗੈਰਾ ਉਪਰੰਤ ਉਹਦੀ ਹੋਸ਼ਪਰਤੀ ਤੇ ਉੱਠ ਕੇ ਇੱਕ ਇੱਕ ਨੂੰ ਗੱਲ ਮਿਲਦੇ ਆ ਪੁੱਛ ਰਹੀ ਸੀ ਮੈਨੂੰ ਵਿਆਹਣ ਲਈ ਕਦੋਂ ਆਓਗੇ ਕਹਿੰਦੇ ਆ ਕਹਿੰਦੇ ਆ ਉਹਨੇ ਆਪਣੇ ਆਪ ਨੂੰ ਬੇ ਲੋੜੇ ਬੋਝ ਵਾਂਗ ਸੋਫੇ ਤੇ ਸੁੱਟ ਦਿੱਤਾ ਉਹਦੇ ਰਾਖੇ ਨੇ ਫੋਨ ਕਰਕੇ ਡਾਕਟਰ ਬੁਲਾ ਲਿਆ ਸੀ ਜਿਨੇ ਉਹਨੂੰ ਨੀਂਦ ਦਾ ਟੀਕਾ ਲਾ ਕੇ ਸੁਵਾ ਦਿੱਤਾ ਅਸੀਂ ਭਰੇ ਹੋਏ ਮਨ ਨਾਲ ਲੱਖਾਂ ਪੁੰਜਦੇ ਆਂ ਬਾਹਰ ਆ ਕੇ ਰਖਵਾਲੇ ਨੂੰ ਗੁਲਬਦਨ ਤੋਂ ਚੋਰੀ ਕੁਝ ਨੋਟ ਮੁਠੀ ਚ ਦੇ ਕੇ ਇਹ ਸਪੀੜ ਨੂੰ ਦਿਲ ਚ ਸਮੋਈ ਵਾਪਸ ਬਾਦਸ਼ਾਹ ਬੈਠੇ ਪਰ ਸਾਡੇ ਦਿਲਾਂ ਚ ਅੱਜ ਤੱਕ ਇਹੀ ਅਫਸੋਸ ਹੈ ਕਿ ਕਾਸ਼ ਅਸੀਂ ਗੁਲਬਦਨ ਨੂੰ ਹਮ ਬਤਨ ਕਿਉਂ ਨਾ ਬਣਾ ਲਿਆ